ਇਹਦੇ ਵਿੱਚ ਅਸੀਂ ਕੱਲ੍ਹ ਸਿਵਲ ਅਤੇ ਪੁਲਿਸ ਅਫਸਰਸ ਨੇ ਜਿਹੜਿਆਂ ਨੇ ਬੰਦ ਦੀ ਕਾਲ ਦਿੱਤੀ ਹੈ ਉਹਨਾਂ ਦੇ ਮੁੱਖ ਨੇਤਾ ਉਹਨਾਂ ਨਾਲ ਗੱਲ ਕਰ ਲਈ ਅਤੇ ਸਾਡੇ ਲਈ ਬੜੀ ਤਸੱਲੀ ਵਾਲੀ ਗੱਲ ਹੈ ਵੀ ਉਹਨਾਂ ਨੇ ਕਿਹਾ ਕਿ ਅਸੀਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੂਰਾ ਅਮਨਪੂਰਵਕ ਅਤੇ ਸ਼ਾਂਤੀਪੂਰਵਕ ਬੰਦ ਹੋਊਗਾ, ਇਹਦੇ ਵਿੱਚ ਕੋਈ ਵਾਇਲੈਂਸ ਨਹੀਂ ਕੀਤੀ ਜਾਊਗੀ। ਅਸੀਂ ਆਪਦੀ ਫੋਰਸਿਸ ਐਸ ਐਚ ਓਜ਼ ਡੀ ਐਸ ਪੀ ਨੂੰ ਇਸ ਤਰ੍ਹਾਂ ਦੀ ਫੋਰਸ ਦਿੱਤੀ ਹੈ, ਅਸੀਂ ਕਿਸੇ ਵੀ ਲੈਵਲ 'ਤੇ ਉੱਤੇ ਕੋਈ ਵਾਇਲੈਂਸ ਹੋਣ ਤੋਂ ਅਸੀਂ ਆਪਦੇ ਪ੍ਰਿਵੈਂਟਿਵ ਸਟੈਪ ਕੀਤੇ ਹੋਏ ਆ। ਹਾਂਜੀ ਭਾਅ ਜੀ, ਅੱਜ ਪੂਰੇ ਭਾਰਤ ਨੂੰ ਬੰਦ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਅਤੇ ਕੁਛ ਜਗ੍ਹਾ ਅੱਜ ਜਿਹੜੀਆਂ ਸ਼ਹਿਰ ਦੀਆਂ ਖਾਲੀ ਵੀ ਪਈਆਂ ਨੇ ਮਿਲਿਆ ਜੁਲਿਆ ਅਸਰ ਹੈ, ਅਤੇ ਯੂਨੀਵਰਸਿਟੀ 'ਚ ਕਿੱਦਾਂ ਦਾ ਮਾਹੌਲ ਹੈਗਾ ਜੀ? ਮੇਰਾ ਨਾਮ ਡਾਕਟਰ ਜਤਿੰਦਰ ਸਿੰਘ ਮੱਟੂ ਹੈ, ਮੈਂ ਪੰਜਾਬ ਡਾਕਟਰ ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦਾ ਪ੍ਰਧਾਨ ਹੈ। ਇਹ ਜਿਹੜਾ ਦਿੱਲੀ ਦੇ ਤੁਗਲਕਾਬਾਦ ਸਥਿਤ ਸਾਡੇ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਸਥਾਨ ਸੀਗਾ ਅਤੇ ਉਹਨਾਂ ਨਾਲ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਮੋਦੀ ਸਰਕਾਰ ਨੇ ਕਹਿ ਕੇ ਕਰਵਾਇਆ ਹੈਗਾ ਉਹਨੂੰ ਤਹਿਸ ਤਹਿਸ ਕਰਨ ਦਾ, ਉਹਦੇ ਖਿਲਾਫ਼ ਪੂਰੇ ਸਮੁੱਚੇ ਐਸੀ ਜਿਹੜਾ ਸੰਸਾਰ ਦੇ ਵਿੱਚ ਐਸੀ ਸਮਾਜ ਹੈ ਉਹਨਾਂ ਦੇ ਵਿੱਚ ਬਹੁਤ ਵੱਡੀ ਉਹਨਾਂ ਨੂੰ ਸੱਟ ਵੱਜੀ ਹੈ, ਬੜੇ ਉਹਨਾਂ ਦੇ ਹਿਰਦੇ ਵਲੂੰਦਰੇ ਗਏ ਨੇ, ਜਿਹਦੇ ਕਰਕੇ ਸਾਡਾ ਇਹ ਰੋਸ ਪ੍ਰਦਰਸ਼ਨ ਅੱਜ ਦਾ ਸੀਗਾ ਪੰਜਾਬ ਬੰਦ ਦੀ ਸਾਡੇ ਸੰਤ ਸਮਾਜ ਵੱਲੋਂ ਪਾਲਸੀ ਔਰ ਸਾਡੀ ਪਟਿਆਲਾ ਦੀ ਜ਼ਿੰਮੇਵਾਰੀ ਸੀਗੀ। ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਾਡਾ ਸਮੁੱਚਾ ਐਸ ਸੀ ਭਾਈਚਾਰਾ ਜਿਹੜਾ ਕਰਮਚਾਰੀ ਨੇ, ਐਸ ਸੀ ਬੀ ਸੀ ਜਰਨਲ ਜਿੰਨੇ ਸਾਰੇ ਸਾਡੇ ਭਾਈਚਾਰਾ ਵੱਖ ਵੱਖ ਵਰਗਾਂ ਦੇ ਨੇ, ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਅੱਜ ਬੰਦ ਕੀਤੀ ਹੈ ਔਰ ਅਥਾਰਟੀ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ, ਉਹਨਾਂ ਨੇ ਵੀ ਯੂਨੀਵਰਸਿਟੀ ਦਾ ਕੋਈ ਵੀ ਡਿਪਾਰਟਮੈਂਟ ਖੋਲਿਆ ਨਹੀਂ, ਮੁਕੰਮਲ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਬੰਦ ਹੈ। ਅਸੀਂ ਆਪਣੇ ਅੱਜ ਦੇ ਰੋਸ ਪ੍ਰਦਰਸ਼ਨ ਰਾਹੀਂ ਮੋਦੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਜਿਹੜੇ ਸਾਡੇ ਐਸ ਸੀ ਸਮਾਜ ਹੈ ਇਹਦੀਆਂ ਭਾਵਨਾਵਾਂ ਨਾਲ ਨਾ ਖੇਡੋ, ਇਸ ਅੱਗ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਇਹ ਫਿਰ ਅੱਗ ਤੁਹਾਡੇ ਤੋਂ ਸਾਂਭੀ ਨਹੀਂ ਜਾਣੀ। ਅੱਜ ਇਹ ਸਿਰਫ ਪੰਜਾਬ ਬੰਦ ਹੈ, ਕੱਲ੍ਹ ਨੂੰ ਇਹ ਭਾਰਤ ਬੰਦ ਹੋਏਗਾ, ਫਿਰ ਹੋਰ ਜੋ ਸਾਡਾ ਸੰਤ ਸਮਾਜ ਸਾਨੂੰ ਐਕਸ਼ਨ ਕਰਨ ਲਈ ਕਰੇਗਾ, ਸਾਨੂੰ ਕੁਰਬਾਨੀ ਵੀ ਕਰਨੀ ਪੈਂਦੀ, ਅਸੀਂ ਕੁਰਬਾਨ ਹੋਵਾਂਗੇ ਲੇਕਿਨ ਅਸੀਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕਰਾਂਗੇ।